ਹੈਲੋ ਹੈਲੋ ਬੀਬੀ ਯੋ ਐਵਿਡੈਂਟ ਐਤਰਾ ਵੇ ਇੱਕ ਮਿੰਟ ਉਹ ਬਾਹਰ ਹੋ ਗਿਆ ਲਾ ਤੂੰ ਦੁਕਾਨ ਦੇ ਅੰਦਰ ਵੜਾਈ ਆ ਤੇ ਕੀ ਹੋ ਗਿਆ ਦੁਕਾਨ ਦੇ ਅੰਦਰ ਆ ਗਈ ਤੇ ਕੀ ਕੋਈ ਕੀ ਚਾਹੀਦਾ ਸਮਝੀ ਜਾਤ ਤੇ ਨਾ ਨਾ ਮਾਰ ਵੀਰੇ ਸਬਜ਼ੇ ਚਾਹੀਦੇ ਆ ਮੈਨੂੰ ਵੇਖਣ ਤੇ ਦੇਖੀ ਹੋ ਗਈ ਮੈਨੂੰ ਦੱਸੋ ਤੇ ਸਹੀ ਚਾਹੀਦੀ ਆ ਕੀ ਦੁਕਾਨ ਦੇ ਅੰਦਰ ਹੀ ਵੜਾਈ ਏ ਤੂੰ ਸਬਜ਼ੇ ਚਾਹੀਦੀ ਆ ਵੀਰੇ ਇਹ ਸਬਜ਼ੀ ਨਹੀਂ ਤੁਸੀਂ ਤੁਸੀਂ ਨਹੀਂ ਸਬਜ਼ੇ ਨਹੀਂ ਮੈਂ ਦਰੀਆਂ ਵਾਈਆਂ ਨੇ ਤਿੰਨ ਚਾਰ ਪੈਕ ਕਰਦੇ ਸਨ ਦਰੀਆਂ ਕੀ ਕਰਨੀ ਆ ਆ ਤੇ ਤੂੰ ਜੋ ਕਹਿੰਦੇ ਂ ਦਰਿਆ ਲਾਈਆਂ ਤਾਂ ਫਿਰ ਮੈਂ ਤੈਨੂੰ ਇਹੀ ਕਹਿਣਾ ਵੀ ਤਿੰਨ ਚਾਰ ਮੈਨੂੰ ਦਰਿਆ ਹੀ ਦੇ ਹਾਂ ਤੇ ਸਮਝੀ ਲੱਗੀ ਤੈਨੂੰ ਨਜ਼ਰ ਨਹੀਂ ਆਉਂਦੀ ਤੇ ਤੈਨੂੰ ਨਹੀਂ ਪਤਾ ਵੀ ਮੈਂ ਸਬਜ਼ੀ ਲੈਣ ਆਈ ਹਾਂ ਸਬਜ਼ੀ ਲੈਣ ਆਈ ਤਾਂ ਬਾਹਰ ਘਲੋ ਨਾ ਮੈਂ ਤੈਨੂੰ ਬਾਹਰ ਘਲੋ ਮਾਂ ਸਬਜ਼ੀ ਮੈਂ ਮੇਰੀ ਮਰਜ਼ੀ ਮੈਂ ਅੰਦਰ ਆ ਕੇ ਸਬਜ਼ੀ ਤਾਂ ਮਾਂ ਪਾ ਮੈਂ ਬਾਹਰ ਘਲੋਗਾ ਨਾ ਪੈਸੇ ਤੂੰ ਦੇਣੇ ਕਿ ਪੈਂਦੇ ਨੇ ਤੂੰ ਦੇਣੇ ਤੇ ਪੇੜ ਉਹ ਆਪਣੀ ਮਰਜ਼ੀ ਦੀ ਸਬਜ਼ੀ ਲੈਣੀ ਆ ਭਾਵੇਂ ਮੈਂ ਦੁਕਾਨ ਦੇ ਅੰਦਰ ਆ ਕੇ ਚੈਟ ਤੇਰਾ ਅੰਦਰ ਤੇ ਨਹੀਂ ਆਣਾ ਦੁਕਾਨ ਦੇ ਬਾਹਰ ਲੈ ਕੇ ਤੂੰ ਜਾ ਕਰਨੀ ਵੀਰੇ ਇਦਾਂ ਨਹੀਂ ਕਰੀਦਾ ਹੁੰਦਾ ਮਹਿਮਾਨਾਂ ਦੇ ਨਾਮ ਨਾਲ ਜਿਹੜੇ ਗਾਹਤ ਆਂਦੇ ਆ ਉਹ ਮਹਿਮਾਨ ਹੁੰਦੇ ਆ ਉਹਨਾਂ ਦੇ ਨਾਲ ਲੜੀ ਦੇ ਨਾ ਅੱਤ ਉਹਨਾਂ ਨਾਲ ਵੜ ਜਾਈ ਹੁਣ ਤੇਰਾ ਕੀ ਪਤਾ ਬਿੱਲੀ ਜੀ ਲਗਣ ਲਈ ਕਦੀ ਉਧਰ ਤੇ ਕਰੀ ਉਧਰ ਕਦੀ ੱਲੇ ਵੜ ਗਈ ਮਹਿਮਾਨ ਔਰ ਗਾਹ ਜਿਹੜੇ ਹੁੰਦੇ ਨੇ ਨਾ ਅੱਲਾਹ ਦੀ ਰਹਿਮਤ ਹੁੰਦੀ ਆ ਹਾਂ ਉਹ ਤੇ ਗਾਹ ਅੱਲਾਹ ਤੇ ਤੇਰੇ ਨਾਲ ਨਾ ਆਰਾਮ ਨਾਲ ਗੱਲ ਕਰੀਦੀ ਹੁੰਦੀ ਆ ਵੀ ਤੂੰ ਸਬਜ਼ੀ ਵੇਚਣਾ ਨਾ ਨਾ ਇੰਨੀ ਕੋ ਤੇਰੀ ਬਾਤ ਹੈ ਵੀ ਤੂੰ ਸਦੀ ਵੇਚ ਆਪਣੀ ਤੂੰ ਐਵੇਂ ਪੁੱਛੀ ਜਾਣਾ ਪੁੱਟੇ ਸਿੱਧੇ ਸਵਾਰ ਨਹੀਂ ਨਾ ਤੂੰ ਮਹਿਮਾਨਾਂ ਦੇ ਨਾਲ ਤੂੰ ਗਾਗਾ ਤੂੰ ਤੇ ਜ਼ਹਿਮਤ ਹੀ ਜ਼ਹਿਮਤ ਆ ਮੇਰੇ ਆਸੇ ਨਾ ਤੂੰ ਕੁਛ ਆ ਲੈ ਇਹ ਨਾਲ ਤੂੰ ਗੱਲ ਕੀਤੀ ਨਾ ਮੈਨੂੰ ਪੁੱਛਿਆ ਮੇਰੀ ਦੁਕਾਨ ਦੇ ਵਿੱਚ ਵੜਾਈ ਤੂੰ ਚੱਲ ਪਰ ਜਾ ਗਿਆ ਮੈਂ ਤੇਰੀ ਦੁਕਾਨ ਅੱਲਾ ਮਾਫ ਕਰੇ ਤੇਰੀ ਦੁਕਾਨ ਮੈਂ ਆਪਣੇ ਨਾਂਗੇ ਰਵਾਣੀ ਆ ਤੇਰਾ ਕੀ ਭਲਾ ਤੇਰੇ ਜੀ ਆ ਬਾਜ ਰੋਲਾ ਭਾਗੇ ਮੈਂ ਜੰਦੀ ਆ ਤੇ ਮੇਰੀ ਜਗਾ ਸੀ ਜਿਹੜੇ ਸਬਜ਼ੀ ਵੇਚਣ ਤੂੰ ਆਪਣਾ ਮਜ਼ਦੂਰ ਬੰਨਾ ਵਾ ਤੂੰ ਮਜ਼ਦੂਰ ਕੀ ਮੈਂ ਉੱਤੇ ਈਟਾ ਸੁੱਟਣ ਡਿਆ ਕਿ ਮੈਂ ਮਸਾਲਾ ਬਣਾਉਂਦੇ ਮੈਨੂੰ ਵੇਣ ਲਈ ਕਿ ਮੈਂ ਕੰਦ ਚੁਣਣ ਡਿਆ ਹੋਇ ਤੇ ਗਲੋਤਾ ਮੈਂ ਮਜ਼ਦੂਰ ਕਹਾਦਾ ਵਾ ਉਧਰ ਕੀ ਵੇਖੀ ਜਾਨੀ ਆ ਜਿਹੜੇ ਸਾਰੀਆਂ ਸਬਜ਼ੀਆਂ ਤੇ ਦੇਖੋ ਆ ਮੇਰੇ ਕੋਲ ਸਾਰੀਆਂ ਹੀ ਸਬਜ਼ੀਆਂ ਹਨ ਮਟਰ ਵੀ ਹੈਗੇ ਹਨ ਮਟਰ ਹੈ ਗਿਆ ਉਹਨਾਂ ਆਵੇ ਦਾਣੇ ਆਦੇ ਪਰ ਮਟਰ ਆਵੇ ਗੱਲੇ ਗੱਲੇ ਬਹੁਤੇ ਆ ਵੀਰੇ ਮੇਰੇ ਹੁਣ ਗੱਲੇ ਗੱਲੇ ਵਿੱਚ ਵਿੱਚ ਪਏ ਇੱਕ ਦੂਜੇ ਦਾ ਪਾਣੀ ਲੱਗਦਾ ਜਦੋਂ ਤੇ ਫਿਰ ਗੱਲ ਹੀ ਜਾਂਦੇ ਆ ਕਿਵੇਂ ਲਾਏ ਵੀਰੇ ਹੈ ਢੇਰੀ ਕਰਕੇ ਲਾਏ ਆ ਆ ਕਰਕੇ ਛੋਟੇ ਤੇ ਢੇਰੀ ਲੱਗੀ ਬਈ ਮੇਰਾ ਮਤਲਬ ਆ ਵੀ ਕਿ ਨੇ ਉਸ ਐਸਿਆਂ ਦੇ ਕਿਲੋ ਲਾਏ 100 ਰੁਪਏ ਕਿਲੋ ਰਹਾ 100 ਰੁਪਏ ਕਿਲੋ ਨੇ ਮਹੰਗੇ ਤੋਬਾ ਤੋਬਾ ਇੱਤੇ ਮਹਿੰਗਾਈ ਬੜੀ ਓਏ ਇਹ ਤਾਂ ਸ਼ੂਗਰ ਘਰ 2250 ਤੋਂ ਥੱਲੇ ਆਏ ਆ ਹੁਣ ਤੇਰੇ ਗਾਜਰਾ ਨਹੀਂ ਹੈਗੀਆਂ ਤੇਰੇ ਕੋ ਆ ਗਾਜਰਾ ਹੈਗੀਆਂ ਕਿਹੜੀਆਂ ਜੋ ਸਾਰੀਆਂ ਕਿ ਕਿਚਰੇਲੀਆਂ ਦੀਆਂ ਹੈ ਇਹ ਸਿਰਫ ਖਾਉਣ ਵਾਲੀਆਂ ਆ ਨਹੀਂ ਨਹੀਂ ਜਿਹੜੀ ਜੀਦਾ ਗਾਜਰਾਂ ਦੇ ਵਿੱਚ ਇਹਦਾ ਜੂਸ ਬਣਦਾ ਵਾ ਇੱਕ ਗਾਜਰ ਵੰਦੀ ਜਿਹਦਾ ਗਜਰੇਲਾ ਬਣਦਾ ਇਹ ਕਿਹੜੀਆਂ ਵਾ ਜੂਸ ਆ ਰਹੀਆਂ ਕਿ ਇੱਕ ਜਰੇਲੇ ਵਾਲੀ ਇਹ ਸਲਾਦ ਵਾਲੀਆਂ ਵਾ ਨਹੀਂ ਸਲਾਦ ਦੀ ਚ ਪੈਂਦੀ ਆ ਗਾਜਰਾਂ ਨਹੀਂ ਹੁੰਦੀਆਂ ਦੋ ਕਿਸਮ ਦੀਆਂ ਦੋ ਕਿਸਮ ਦੀਆਂ ਆ ਇੱਕ ਪਾਕਿਸਤਾਨੀ ਆ ਇੱਕ ਚਾਈਨਾ ਦੀ ਆ ਚਾਈਨਾ ਦੀ ਮਤਲਬ ਜੈਕੀ ਚਨ ਖਾਂਦਾ ਉਹਨੂੰ ਨਹੀਂ ਚਾਈਨਾ ਦੀ ਗਾਜਰ ਤੇ ਲੈਟਾਂ ਲੱਗੀਆਂ ਹੁੰਦੀਆਂ ਹੇ ਗੱਲ ਕਰ ਮੇਰੇ ਨਾਲ ਬੀ ਗਾਜਰਾ ਤੋਂ ਕੁਝ ਸਮਝ ਨਹੀਂ ਇੱਕ ਚੈਨਾ ਦੀ ਪੈ ਮੈਨੂੰ ਇਹ ਨਾ ਦੱਸ ਮੈਨੂੰ ਇਹ ਦੱਸ ਵੀ ਦੂਸਾ ਵਾਲੀ ਗਾਜਰ ਕਿਹੜੀ ਹੈ ਤੇ ਗਿਚਰੇਲੇ ਵਾਲੀ ਕਿਹੜੀ ਗਿਚਰੇਲੇ ਦੀ ਖਤਮ ਹੋ ਗਈ ਦੀ ਐਸ ਤਾ ਮੈਂ ਉਹ ਬਈ ਸਲਾਦ ਵਾਲੀ ਉਹਦੇ ਜੂਸ ਬਣ ਜਾਂਦਾ ਤੇ ਵੀਰੇ ਇੱਕ ਕੰਮ ਕਰ ਖਾਂ ਮੈਂ ਜੋ ਇੱਥੋਂ ਗਾਜਰਾ ਲੈ ਕੇ ਜਾਵਾਂ ਉੱਥੇ ਜਾ ਕੇ ਘਿਓ ਵੀ ਮੰਗਾਵਾਂ ਨਾਲ ਮੰਗਾਵਾ ਚੀਜ਼ਾਂ ਸਾਰੀਆਂ ਤੇ ਗਿਚਰੇਲਾ ਘਰ ਜ ਬਣਾਣਾ ਮੈਂ ਇੱਥੇ ਤੈਨੂੰ ਪੈਸੇ ਦੇ ਦੇਣੀ ਸੌਦੇ ਤੇ ਤੂੰ ਮੈਨੂੰ ਗਿਚਰੇਲਾ ਜਿਹੜਾ ਨਾ 2 ਕਿਲੋ ਬਣਾ ਦੇ ਮੈਂ ਰਾ ਦੂੰਗਾ ਮੈਂ ਆ ਮੇਰੀ ਸਬਜ਼ੀ ਦੁਕਾਨ ਆ ਕਿ ਪਕਵਾਨ ਸੈਂਟਰ ਤੇ ਆਈ ਆ ਬੀਬੀ ਜੂ ਕਿ ਮੈਂ ਤੈਨੂੰ ਗਿਜਰੇਲਾ ਬਣਾ ਕੇ ਦਊਂਗਾ ਸਬਜ਼ੀ ਲੈਣੀ ਆ ਲੈ ਮੇਰਾ ਦਿਮਾਗ ਨਾ ਖਾ ਮੈਂ ਹੋਰ ਵੀ ਬੜੇ ਗਾਗਾ ਸਵੇਰ ਦਾ ਆਵਾਜ਼ ਆ ਰਹੇ ਆ ਬੜੀਆਂ ਬੀਬੀਆਂ ਤੰਗ ਕਰਦੀਆਂ ਚਲੋ ਲੈਣਾ ਮਾਤਰ ਤੇ ਮੇਰੀ ਨਾ ਤਬੀਅਤ ਦੋ ਤਿੰਨ ਤੋਂ ਬੜੀ ਖਰਾਬ ਆ ਮੈਂ ਕਹਿੰਦੇ ਮੈਂ ਨਹੀਂ ਤਾਂ ਘਰ ਜਾ ਕੇ ਚੱਲ ਕਰਨੀ ਆ ਤੇਰੀ ਤਬੀਅਤ ਖਰਾਬ ਆ ਮੈਂ ਡਾਕਟਰ ਦੀ ਦੁਕਾਨ ਖੋਲੀ ਏ ਤੂੰ ਮੇਰੇ ਕੋਲ ਦਵਾਈ ਲੈਣ ਆਈ ਏ ਟੀਕਾ ਲਵਾਉਣ ਆਈ ਏ ਜਿਹੜੀ ਆਕਰਮ ਰਾਏ ਤਾਂ ਤੁਹਾਡਾ ਰਿਸ਼ਤੇਦਾਰ ਆ ਆਕਰਮ ਰਾਏ ਤਾਂ ਤੁਹਾਡਾ ਰਿਸ਼ਤੇਦਾਰ ਆ ਉਹ ਮੇਰਾ ਰਿਸ਼ਤੇਦਾਰ ਉਬੀ ਹੋਰ ਵੀ ਗੁਰੂ ਗਾਰਾ ਗਾਂਦਾ ਵਾ ਇਹ ਉਹਦਾ ਉਸਤਾਦ ਆ ਬੜੀ ਫੋਟੋ ਸੁਝਾ ਕੇ ਨਹੀਂ ਆਈ ਹਾਂ ਉਹ ਫੋਟੋ ਸੁਝਾ ਕੇ ਲਾਈ ਹੈ ਨਹੀਂ ਜਿਹੜਾ ਮੈਂ ਫੈਨ ਆਂਦੇ ਅਕਰਮ ਰਾਏ ਦੇ ਗਾਹ ਕਾਂਦੇ ਹੋਣਗੇ ਹਾਂ ਉਹਨਾਂ ਨੂੰ ਕਿਸ ਰੀ ਸਬਜ਼ੀ ਦਿੰਦੇ ਫਰੀ ਸਬਜ਼ੀ ਜਿਹੜਾ ਮੁਸਤਕ ਗਰੀਬ ਆ ਜਿਹੜਾ ਲੈ ਨਹੀਂ ਸਕਦਾ ਦੇ ਰੋਹ ਰੋਹ ਲੇ ਦੋ ਤੇ ਲੱਗਦਾ ਤੂੰ ਲੈ ਸਕਦੀ ਆ ਨੇੜਾ ਤੈਨੂੰ ਵੀ ਫਰੀ ਹੈ ਤੇ ਖਾਤੇ ਚ ਮੈਂ ਦੇ ਦੇਣੀ ਸੀ ਤੇ ਵੀਰੇ ਜਿਹੜਾ ਅਕਰਮ ਰਾਹੀ ਦੀ ਆਵਾਜ਼ ਅਟ ਗਾਣਾ ਸੁਣਾਉਂਦਾ ਉਹਨੂੰ ਫਰੀ ਦਿੰਦੇ ਸੀ ਨਹੀਂ ਤੈਨੂੰ ਗਾਣਾ ਹੁੰਦਾ ਅਕਰਮ ਰਾਹੀ ਦਾ ਕੋਈ ਗਾਣਾ ਹੁੰਦਾ ਹੀ ਸੁਣਾ ਫਿਰ ਤੈਨੂੰ 2 ਕਿਲੋ ਗਾਜਰਾ ਫਰੀ ਦੇ ਦਵਾਂ ਨਹੀਂ ਅਕਰਮ ਰਾਹੀ ਦਾ ਗਾਣਾ ਨਹੀਂ ਮੈਨੂੰ ਆਂਦਾ ਮੈਨੂੰ ਹੋਰ ਬੜੇ ਗਾਣੇ ਆਂਦੇ ਮੈਡਮ ਦੇ ਗਾਣੇ ਬੜੇ ਆਂਦੇ ਮੈਨੂੰ ਅੱਜਾ ਤੂੰ ਸਬਜ਼ੀ ਘੜੀ ਲੈਣੀ ਮੇਰਾ ਦਿਮਾਗ ਨਾਲ ਗਾਤ ਚੀਜ਼ਾਂ ਨੂੰ ਹਾਥੋਂ ਨਾ ਮਾਰ ਤੇਰੇ ਕਰੇਲੇ ਹੈਗੇ ਆਓ ਕਰੇਲੇ ਹੈ ਗਿਆ ਆਹਾਂ ਆਵੇ ਚੰਗੇ ਚੰਗੇ ਕਰ ਲੈ ਚੰਗੇ ਚੰਗੇ ਤੂੰ ਇਹਦਾ ਰਿਸ਼ਤਾ ਕਰਨਾ ਵਾ ਚੰਗੇ ਚੰਗੇ ਹੀ ਆ ਮੈਂ ਨਾ ਭਾਰ ਕੇ ਪਕਾਉਣੇ ਕੀਮੇ ਚ ਹਾਂ ਕੀਮੇ ਚ ਨਾ ਭਾਰ ਕੇ ਪਕਾਉਣੇ ਮੈਂ ਤਰੇਂਦੇ ਮੇਰੇ ਬੰਦੇ ਨੇ ਨਾ ਅੱਜ ਭੜੇ ਦਿਨਾਂ ਬਾਅਦ ਮੈਨੂੰ ਫਰਮਾਇਸ਼ ਪਾਈ ਐ ਕਿ ਵੀ ਤੂੰ ਕਰੇਲੇ ਜਿਹੜੇ ਆ ਨਾ ਕੀਮੇ ਚ ਭਰ ਕੇ ਪਕਾਉਣਾ ਓ ਫਿਰ ਤੈਨੂੰ ਮੈਂ ਵੱਡੇ ਵੱਡੇ ਮੋਟੇ ਮੋਟੇ ਕਰ ਦਊਗਾ ਵੀਰੇ ਕਰੇਲੇ ਦੇਣੇ ਮੈਨੂੰ ਤੇ ਤਾਲੇ ਇਹ ਇਹ ਸੇ ਰੰਗ ਦੇ ਨਾ ਨਲਕੀ ਵੀ ਦੇਣੀ ਉਹ ਲਪੇਟ ਕੇ ਭਰ ਕੇ ਪਕਾਉਣਾ ਐ ਨਾ ਮੈਂ ਨਲਕੀ ਦੇਣੀ ਹਾਂ ਨਾਲ ਫਿਰ ਤੈਨੂੰ ਮੈਂ ਪਤੰਗ ਵੀ ਦੇ ਦੇਣਾ ਜੜਾਈ ਦੀ ਵੀ ਫਿਰ 22 ਨੂੰ ਚੇ ਪੀ ਵੀ ਦੇਣੀ ਪੈਣੀ ਨਾਲ ਵਟ ਵੀ ਤੇ ਜਾਂਦੀ ਆ ਨਾ ਪਪਾਨ ਹਾਂ ਫੇਰ ਜਨ ਨਾਲ ਤੀਲਾ ਵੀ ਦੇਣਾ ਪੈਣਾ ਮੋਰੀਆਂ ਕਰਨਾ ਵਾਸਤੇ ਤੂੰ ਤਲਾਮਾ ਨਹੀਂ ਪਾਉਣੀ ਮੇਰੇ ਫੇਰ ਨਾਲ ਤਾਨੂੰ ਚਰਖੀ ਵੀ ਦੇਣੀ ਪੈਣੀ ਕਿਉਂ ਗੁੱਡੀ ਉੱਡਦੀ ਰਵੇ ਮੈਂ ਪਿੱਛੇ ਚਰਖੀ ਲੈ ਕੇ ਤੇ ਚਰਖੀ ਦੇ ਦੇ ਗਿਸ਼ ਵਰਗਾ ਤੇਰਾ ਆਪਣਾ ਮੂੰਹ ਤੂੰ ਉਹੀ ਰੱਖੀ ਜਾਈਂ ਆ ਬੜਾਵਨ ਨੂੰ ਕਿੰਨੇ ਕਰਾਂ ਨਹੀਂ ਲੈਣਾ ਹੈ ਵੀਰੇ ਟਮਾਟਰ ਕਿੰთა ਲਏ ਆ ਓਕੇ ਇਹ ਕਿੰਨੇ ਲੈਣੇ ਆ ਇਹ ਮੈਂ ਤੈਨੂੰ ਦੱਸਨੀ ਵੀਰੇ ਰੱਖ ਲੈ ਹਾਂ ਆ ਟਮਾਟਰ ਕਿੰთა ਲਏ ਆ ਟਮਾਟਰ ਲਾਇਆ 70 ਰੁਪਏ ਗਰੀ ਆਵੇ ਥੋੜਾ ਹੀ ਫਰਕ ਓਏ ਇਹਨੂੰ ਕਰ ਤਰਾ ਅੱਗੇ ਨਹੀਂ ਆ ਮੇਰਾ ਅੱਲਾ ਪਾਕ ਨੇ ਹੇ ਸਿਮ ਤੇਰੇ ਵਰਗਾ ਬਣਾਇਆ ਆਵੇ ਓਏ ਇਹਨੂੰ ਇੱਥੇ ਰੱਖ ਬੀਬੀ ਐਵੇਂ ਮੋਹੌਲ ਨਾ ਕਰ ਆਪਣਾ ਬਣਾ ਨਾ ਕਰ ਤੇ ਆ ਵੀ ਵੇਖ ਲਾ ਆ ਵੀ ਤੇਰੇ ਵਰਗੀ ਗਈ ਹੈ ਇਹ ਕਿਹੜਾ ਬਦਲੀ ਪਈ ਆ ਵੀਰੇ ਮੇਰੀ ਗੱਲ ਸੁਣ ਸੱਚ ਨਾ ਬਣੀਆਂ ਗੰਦੀਆਂ ਰੱਖੀਆਂ ਓਹ ਗੰਦੀਆਂ ਨਹੀਂ ਰੱਖੀਆਂ ਹੁਣ ਮੌਸਮ ਜਾਂਦਾ ਪਿਆ ਆ ਸਬਜ਼ੀ ਨਾ ਤੋ ਹੋ ਕੇ ਫਰੈਸ਼ ਕਰਕੇ ਨਹੀਂ ਦੀ ਹੁੰਦੀ ਵੀ ਗਾਹ ਕਾਵੇ ਸਬਜ਼ੀ ਤੇ ਧਿਆਨ ਪਵੇ ਹੈ ਜੇ ਚਮਕਦਾਰ ਸਬਜ਼ੀ ਨਜ਼ਰ ਆਵੇ ਤੇ ਗਾਹ ਤੋ ਬਹੁਤਾ ਦਿਲ ਕਰਦਾ ਸਬਜ਼ੀ ਖਰੀਦਣ ਨੂੰ ਮੈਂ ਪਲਾਸਟਿਕ ਦੀਆਂ ਚੀਜ਼ਾਂ ਵੇਖਣਾ ਜਿਹੜੀਆਂ ਲਿਸ਼ਕਾ ਪਿਸ਼ਕਾ ਕੇ ਰੱਖਾ ਤੁਸੀਂ ਵੀ ਤੁਸੀਂ ਵੀ ਤੇ ਪੈਸੇ ਨਹੀਂ ਨਾ ਭਰਦੇ ਪੈਸੇ ਭਰੋ ਤੇ ਲਿਸ਼ਕਾ ਪਿਸ਼ਕਾ ਕੇ ਰੱਖੀਏ ਸਾਡਾ ਵੀ ਦਿਲ ਰਾਜ਼ੀ ਹੋਵੇ ਓਏ ਉਧਰ ਕਿਧਰ ਮੈਂ ਇਹੀ ਜਾਨੀਏ ਖੋਡਾ ਤੇਰੀ ਜਿਛੜਣਾ ਤੂੰ ਬੀਬੀ ਆਹ ਛੋਟਾ ਮੁੰਡਾ ਪਾਇਆ ਕਿੱਥੇ ਹਾਂ ਨਹੀਂ ਮਾਮਾ ਸੋਰਾ ਮੇਰਾ ਉਹ ਲੰਮਾ ਪਾਇਆ ਥੱਕਿਆ ਆਇਆ ਸੀ ਓਏ ਬੋਰੀ ਆ ਚਾਦਰ ਚ ਉਧਰ ਤੇ ਦੇ ਦੇ ਬਚਾਰਾ ਤੰਗਾ ਹੀ ਭਿਆ ਓਏ ਆਲੂ ਦੀ ਬੋਰੀ ਹੈ ਬੀਬੀ ਚੱਲ ਬਾਹਰ ਹੋ ਐ ਵੀ ਦਿਮਾਗ ਨਾ ਮੇਰਾ ਕਾ ਮੇਰਾ ਅੱਬ ਆ ਜਾਏਗਾ ਉਹਨੇ ਕਹਿੰਦਾ ਇਹਨੂੰ ਕਿਉਂ ਬਾਹਰ ਆਂਦਰ ਆ ਆ ਗੁਸਤਾਖ ਆ ਇਧਰ ਆ ਬੇ ਬਾਬਾ ਪਾਲਕ ਪਿੱਛੇ ਸੁੱਟੀ ਓਏ ਐ ਤੇ ਟੋਲੀ ਜਾਂਦੇ ਆ ਤੇ ਸਜਾ ਕੇ ਰੱਖ ਓਏ ਗੁਸਤਾਖ ਨਹੀਂ ਹੈ ਤੇਰੇ ਹਰ ਬੋਰੀ ਚੜਜੜ ਜੜਜੜ ਕਰਦੀ ਉਹ ਮਾਈਕ ਸਾਈਡ ਤੇ ਛੋੜ ਦੇ ਤੱਕ ਬੋਲੀ ਨਾ ਆ ਦੂਜੀ ਪਾਲਕ ਦਾ ਬੇੜਾ ਕਰ ਕਰਦੀ ਬੋਲ ਬੋਲ ਕੇ ਅਦਰਕ ਕਿਵੇਂ ਲਾਈ ਆ ਹਾਂ ਅਦਰਕ ਕਿਵੇਂ ਲਾਈ ਅਦਰਕ ਲਾਈ ਹੈ 500 ਰੁਪਏ ਕਿਲੋ ਅੱਛਾ ਆਦਰਕ ਮਾਇਸੋ ਕੋਲ ਆਵੇ ਲਾ ਹੁਣ ਆ ਕੱਡੇ ਮਟਰ ਵੀ ਰੱਖੇ ਤੂੰ ਹੈ ਆਹੋ ਵੀਰੇ ਸਾਰੀ ਸਬਜ਼ੀ ਹੁਣ ਜਈ ਦੀ ਕੀ ਆ ਬੀਬੀ ਮੈਨੂੰ ਉਹ ਵੀ ਤੇ ਦੱਸੇਗਾ ਹੁਣ ਦੱਸ ਨਹੀਂ ਆ ਮੈਂ ਤੈਨੂੰ ਵੀਰੇ ਤੂੰ ਤਾਂ ਗੁੱਸਾ ਹੀ ਕਰ ਗਿਆ ਵਾ ਮੈਂ ਗੁੱਸਾ ਨਹੀਂ ਕਰਦਾ ਤੂੰ ਮੈਨੂੰ ਦੱਸ ਸਬਜ਼ੀ ਲੈਣੀ ਆ ਵੀਰੇ ਲੈ ਵੀਰੇ ਪਾਣੀ ਫਾੜ ਕੇ ਲਿਆ ਔਰ ਪਾਣੀ ਕੀ ਕਰਨਾ ਹੀ ਉਹ ਭੋਸ਼ ਹੋ ਗਿਆ ਤੁੱਪੇ ਤੇਰੇ ਆਨ ਨੂੰ ਵੇਖ ਪਾਣੀ ਲਿਆ ਫੜ ਮਰ ਫੜ ਕੇ ਪਾਣੀ ਲਿਆ ਹਾਏ ਹਾਏ ਇਹਨਾਂ ਨੂੰ ਕੋਈ ਠਾੜ ਹੀ ਨਹੀਂ ਡਿਆ ਓਏ ਇੱਧਰ ਓਏ ਆਲੂਆਂ ਦਾ ਗੈੜਾ ਆ ਜਾ ਤੇ ਬਾੜੀ ਦਾ ਕਲਾਸ ਫੜ ਕੇ ਲੈ ਆਓ ਦੇ ਦੋ ਘੁੱਟ ਪਿਆ ਉਹਨਾਂ ਨੂੰ ਇਹ ਤੇ ਉੱਠਣ ਵਿਚਾਰੇ ਓਏ ਓਏ ਇਹੋ ਜਿਹਾ ਫੜਾ ਨਵੀਰੇ ਇਹਨਾਂ ਨੂੰ ਕੁਛ ਨਹੀਂ ਆਨਾਂ ਨੂੰ ਠੰਡ ਲੱਗਣ ਦੇ ਸੀ ਰਾਤ ਲੂਮਾ ਤੇ ਲਾ ਕੇ ਆਇਆ ਤੇ ਸੁੱਤੇ ਪਿਆ ਆ ਜਾ ਤੂੰ ਵੀਰੇ ਤੂੰ ਵੀ ਤੇ ਫਿਰ ਰਾਤ ਲੂਮਾ ਤੇ ਲਾ ਕੇ ਤੂੰ ਵੀ ਆਰਾਮਦਾਰ ਸਭੀ ਘਾਤੋਂ ਵੇਚਣ ਦੇ ਆ ਓ ਚੱਲ ਬੀਬੀ ਕੁਛ ਲੈਣਾ ਈ ਨਹੀਂ ਵੀਰੇ ਇਹਨਾਂ ਨੂੰ ਪਹਿਲੇ ਉਠਾ ਲਾ ਮੈਨੂੰ ਬਹੁਤ ਤਰਸਾਉਂਟ ਉੱਠ ਜਾਓ ਤੁਹਾਡੀ ਭੁੱਫੀ ਆਈ ਤੁਹਾਨੂੰ ਮਿਲਣ ਵਾਸਤੇ ਉੱਠੋ ਉੱਠੋ ਆਪਣੀ ਭੁੱਫੀ ਨੂੰ ਮਿਲੋ ਆ ਚੱਲ ਤੂੰ ਵੀ ਆਏ ਤੇਰੀ ਖਾਲਾ ਸੱਸ ਆਈ ਹੂੰ ਉੱਠੇ ਉ ਇਹ ਕਿਤੇ ਨਾ ਤੋਤੇ ਐਵੇਂ ਨਾ ਮੇਰੀਆਂ ਗੱਲਾਂ ਤੇ ਖਿੱਚੀ ਜਾਣਾ ਵਾ ਮੈਂ ਕਹਿੰਨੀ ਆ ਵੀ ਸਬਜ਼ੀ ਤੋਂ ਮੈਨੂੰ ਜਿਹੜੀ ਆ ਨਾ ਐਂਡ ਕਰ ਰਿਹਾ ਕਿ ਮੈਨੂੰ ਆ ਮਟਰ ਤੂੰ ਨਾ ਜਿਣ ਵਾਲੀਆਂ ਗੱਲਾਂ ਆ ਉਹ ਮੈਨੂੰ ਦੱਦਗੀ ਪਾਣਾ ਹੈ ਵੀਰੇ ਇਹ ਨਾ ਐਂਡ ਕਰ ਬਤਾਉ ਜਿਹੜੇ ਆ ਨਾ ਕਿਲੋ ਆਇਆ ਕਰ ਦੇ ਅੱਛਾ ਚਲ ਬਤਾਉ ਕਰਨਾ ਕਿਲੋ ਹਾਂ ਹਾਂ ਚਲ ਮੈਂ ਤੋਲ ਕੇ ਲਿਆਵਾ ਨਹੀਂ ਵੀਰੇ ਬਤਾਉ ਰਹਿਣ ਦੇ ਹੈ ਬਤਾਉਨੇ ਈ ਢਾਈ ਗੋਭੀ ਕਿੰਦਾ ਲਾਈ ਵੀਰੇ ਹਾਂ ਗੋਭੀ ਕਿੰਦਾ ਲਾਈ ਗੋਭੀ 100 ਰੁਪਏ ਲਾਈ 100 ਰੁਪਏ ਕਿਹਾ ਦੇ ਗੋਭੀ ਨਾ ਪੈ ਚਲ ਤੋਲ ਕੇ ਦੇ ਆ ਗੁੰਗਰੇ ਵੀ ਰੱਖੇ ਆ ਆਹੋ ਆ ਗੋਭੀ ਰਹਿਣ ਦੇ ਗੁੰਗਰੇ ਕਰ ਦੇ ਮੈਨੂੰ ਕਿਲੋ ਉਹ ਗੋਭੀ ਨਹੀਂ ਲੈਣੀ ਨਹੀਂ ਵੀਰੇ ਉਹ ਗੋਪੀ ਨਾ ਘਰ ਹੀ ਕਰ ਦਿੰਦੀ ਆ ਆ ਮੁੰਗਰੇ ਸਹੀ ਆ ਹਾਂ ਮੁੰਗਰੇ ਬਨੇ ਕਿੱਦਾਂ ਆਇਆ ਹੈ ਕਿਤੇ ਕੀ ਰੇਟ ਆਇਆ ਨੰ 90 ਰੁਪਏ 90 ਰੁਪਏ 2 ਕਿਲੋ ਕਰ ਦਿੰਦੀ ਚਲ ਫੇ ਠੀਕ ਹੋ ਗਿਆ ਆਲਾ ਮੈਂ ਤੋਲਾ ਹੋਇਆ ਰ ਇਹਨਾਂ ਨੂੰ ਹੈ ਫੇਰ ਦੇ ਤੋਲ ਦੇ ਵੀਰੇ ਤੋਲ ਦੇ ਹਾਂ ਤੋਲ ਦੇ ਤੋਲ ਦੇ ਤੋਲਾ ਹਾਂ ਤੋਲ ਦੇ ਟਾਈਕ ਲੋਇਆ ਨੇ ਟਾਈਕ ਲੋਇਆ ਹਾਂ ਆ ਵੇ ਬੀਬੀ ਨਹੀਂ ਯਕੀਨ ਤੇ ਆ ਵੇ ਵਾ ਬਲਕੇ ਵਾਦੀ ਆ ਸਿੰਨੇ ਮੁੰਗਰੇ ਮੈਂ ਸਿਰ ਚ ਮਾਰਨੇ ਆ ਆਪ ਤੂੰ ਗਿਆ ਕਿ ਮੈਂ ਮੁੰਗਰੇ ਮੈਨੂੰ ਨਹੀਂ ਚੰਗੀ ਲੱਗਦੀ ਸੱਦੀ ਤੂੰ ਐਦਾਂ ਕਰ ਮੈਨੂੰ ਨਾ ਆਪ ਹੀ ਤੂੰ ਕਹਿ ਨਹੀਂ ਮੈਂ ਕਹਦਾ ਬੀਬੀ ਤੈਨੂੰ ਜ਼ਬਰਦਸਤੀ ਚ ਗਾਉਣ ਡਿਆ ਵਾਂ ਜ਼ਬਰਦਸਤੀ ਇਹ ਤੇ ਕਿਹੜੀ ਗੱਲ ਆ ਪਏ ਬੰਦੇ ਨੇ ਆਪਣੀ ਮਰਜ਼ੀ ਨਾਲ ਹੀ ਸੱਤੀ ਲੈਣੀ ਹੁੰਦੀ ਆ ਬਤਾਉ ਪਾ ਦੇ ਉਹ ਪਾ ਦੇ ਉਹ ਕੱਢ ਦੇ ਉਹ ਨਹੀਂ ਲੈਣਾ ਲੈਣਾ ਕੀ ਆ ਮੇਰੇ ਤੋਂ ਇੰਜ ਕਰ ਪਿੰਨੋ ਨਾ ਪਿੰਡਿਆ ਗਈ ਆਪਣਿੰਡੀਆਂ ਪਿੰਡੀ ਮੁੱਕ ਗਈ ਪੋਲੇ ਮੁੱਕ ਗਈ ਪਕੌਣੀ ਤੇ ਮੈਂ ਅੱਜ ਪਿੰਡੀ ਸੀ ਉਹ ਨੂੰ ਮੁਕਾ ਕੇ ਬੈਠਾ ਵਾ ਬੰਦਾ ਹੁਣ ਕੀ ਸਬਜ਼ੀ ਲੈਵੇ ਜਿਹੜੀ ਸਬਜ਼ੀ ਲੈਣੀ ਆ ਘਰ ਵਾਲਿਆਂ ਨੇ ਕਹਿਣਾ ਉਹ ਵੀ ਸਬਜ਼ੀ ਲੈਣੀ ਆ ਨਾ ਓਏ ਆਹੋ ਤੇ ਹੁਣ ਪਿੰਡੀ ਮੁਗੀ ਹੋਰ ਧੋੜੀ ਸਬਜ਼ੀ ਆ ਮੇਰੇ ਨਾਲ ਕਿੰਨਾ ਕੁਛ ਬਿਆ ਆ ਤੇ ਮੈਂ ਫਿਰ ਘਰ ਵਾਲਿਆਂ ਦੀ ਸੋਚਾ ਕਿ ਮੈਂ ਆਪਣੀ ਵੇਖਾਂ ਕੀ ਕਰ ਕਿਹੜੀ ਸਬਜ਼ੀ ਲਵਾ ਮੈਂ ਆਸ਼ਾ ਜਮ ਆਸ਼ਾ ਜਮ ਕਿੰਨਾ ਲੈ ਸਰਜਮ 60 ਰੁਪਏ ਕਿਲੋ 60 ਰੁਪਏ ਕਿਲੋ ਵੇ ਤਾਂ ਵੀ ਤਾਂ ਕਿ ਗੋਲ ਗੋਲ ਨਾਲ ਛੋਟੇ ਛੋਟੇ ਸ਼ਲਜਮ ਜੜੇ ਆ ਨਾ ਆ ਮੈਨੂੰ 1.5 ਕਿਲੋ ਪਾ ਦੇ ਚੰਗੇ ਚੰਗੇ ਪਾ ਲਈ ਚੰਗੇ ਚੰਗੇ ਪਾਣੇ ਨੇ ਗਲੇ ਸਾੜੇ ਨਾ ਮਾ ਦੇ ਗਲੇ ਸਾੜੇ ਕਿ 100 ਹੋਣੇ ਨੇ ਤੇਰੇ ਸਾਹਮਣੇ ਹੀ ਆ ਕਿ ਨੂੰ ਜਿਹੜਾ ਗਲੇ ਸਾੜੇ ਦਿਨ ਮੈਂ ਦੇ ਦੇਣਾ ਹਾਂਜੀ 1.5 ਕਿਲੋ ਕਰ ਦਿੱਤੇ ਆ ਲੋ ਅੱਧਾ ਕਿਲੋ ਹੋ ਗਿਆ ਅੱਛਾ 1.5 ਕਿਲੋ ਇਹ ਹੋ ਗਏ ਆ ਟਿੰਡੀਆਂ ਕਿੰਦਾ ਲਾਈਆਂ ਹੈਂ ਟਿੰਡੀਆਂ ਟਿੰਡੀਆਂ 80 ਰੁਪਏ ਵੀਰੇ ਉਹ ਬਾਸ ਵੀ ਕਰ ਬੀਬੀ ਤੈਨੂੰ ਆ ਆਪਣੇ ਵਰਗਾ ਤੇ ਰਿਆਂ ਤੇ ਮੈਨੂੰ ਕਹੀ ਜਾਨੀ ਹੈ ਤੂੰ ਐਵੇਂ ਹਰਾਮ ਨਾ ਕਰ ਮੇਰਾ ਦਿਮਾਗ ਕਿਵੇਂ ਲੈ ਹਾਂ ਦੱਸਿਆ ਤੇ ਆਇਆ 80 ਰੁਪਏ 80 ਰੁਪਏ ਆਹੋ ਕਿਲੋ ਕਰ ਦੇ ਵੀਰੇ ਹਾਂ ਕਿਲੋ ਕਰ ਜੰਨੀ ਨਹੀਂ ਚਲੋ ਲੋ ਕਰ ਦੇ ਹੋਰ ਹੋਰ ਕੀ ਚਾਹੀਦਾ ਹੋਰ ਦੱਸ ਮੈਨੂੰ ਵੀ ਕਿ ਲੋ ਇਹ ਕਰਦੇ ਤੇ ਆਪਣਾ ਪਿਆਜ਼ ਕਿੱਦਾਂ ਲਾਇਆ ਹੈ ਹੈ ਪਿਆਜ਼ ਕਿੱਦਾਂ ਲਾਇਆ ਪਿਆਜ਼ 250 ਰੁਪਏ ਪਪਾ ਅੱਲਾ ਨੂੰ ਜਾਨ ਦੇਣੀ ਵੀਰੇ ਤੂੰ ਆ ਉਹ ਤਾਂ ਮੈਂ ਕਦੋਂ ਕਿਹਾ ਮੈਂ ਤੈਨੂੰ ਦੇਣੀ ਮੈਂ ਅੱਲਾ ਨੂੰ ਹੀ ਦੇਣੀ ਹੈ ਜਾਨ 2 ਕਿਲੋ ਪਿਆਜ਼ ਕਰਦੇ ਵੀਰੇ ਉਹ ਜਿਹੜੀ פרוਟਾਲੀ ਦੁਕਾਨ ਉਹ ਵੀ ਤੇਰੀ ਨਹੀਂ ਉਗਰਾਏ ਦੀ ਤੂੰ ਇੱਕ ਟਾਈਮ ਤੇ ਇੱਕ ਬਿਜ਼ਨਸ ਕਰ ਕੋਈ ਕੋਈ ਉਹ ਕਿਸੇ ਹੋਰ ਦੀ ਹੈ ਤੂੰ ਬੀਬੀ ਮੈਨੂੰ ਮਤਲਬ ਪਾਗਲ ਕਰਨ ਆਈ ਹੈ ਮੈਨੂੰ ਕਹਿ ਜ਼ਰਾ ਰੇੜੀ ਪਰੇ ਕਰਕੇ ਆਪਣੀ ਨਾਲ ਏਦਾਂ ਹੀ ਲੱਗਦਾ ਵੀ ਤੇਰੀ ਆ ਉਹ ਵੀ ਰੇੜੀ ਬੀਬੀ ਤੇਰੀ ਅੱਖਾਂ ਵਾਂਗ ਭੰਟਿਆ ਤੇਰੇ ਰੇੜੀ ਨਹੀਂ ਹੈਗੀ ਅੱਡਾ ਵਾ ਜਿਵੇਂ ਮੇਰਾ ਲੱਗਾ ਉਹ ਵਾ ਲੱਗਾ ਆ اچھا ਇਹਨੂੰ ਅੱਡਾ ਕਹਿੰਦੇ ਆ ਹਾਂ ਅੱਡਾ ਹੋਣ ਤੂੰ ਹੋਰ ਕੀ ਅੱਡਾ ਸਮਝ ਨਹੀਂ ਜਦੋਂ ਬਸਾ ਨਿਕਲਦੀਆਂ ਨੇ ਉਹ ਤੈਨੂੰ ਕੀ ਪਤਾ ਲੱਗਦਾ ਵੀਰੇ ਤੂੰ ਤਾਂ ਗੁੱਸਾ ਹੀ ਕਰ ਗਿਆ ਆ ਕਰਦੇ 2 ਕਿਲੋ ਗੰਢੇ ਕਰ ਦੇਣਾ 2 ਕਿਲੋ ਪਿਆਜ਼ ਹਾਂ ਵੇਖ ਲੈ ਪਹਿਲਾਂ ਸਲਾਹ ਕਰ ਲੈ ਆ 2 ਕਿਲੋ ਪਿਆਜ਼ ਐਂ ਦਿੱਤੇ। ਹੇ ਗੱਲ ਸੁਣ ਵੀਰੇ ਆ ਗੋੰਗਨੀ ਟੇੜੇ ਰਹਿਣ ਦੇ। ਯੋ ਵੀਰੇ ਇਹਦਾ ਜਨੇ ਚੋਲ ਟੰਗਿਆ ਲਾਇਦਾ ਚਾਹ ਨਾ ਜਕਰ ਮੁਕੇ ਆ। ਚੋਲ ਨਹੀਂ ਫੇ ਮੈਨੂੰ ਸਿਆਪਾ ਲਿਆਉਣੇ ਪੈਣੇ ਬਾਜ਼ਾਰੋਂ ਜਾ ਕੇ। ਇਹ ਚੋਲਾ ਨਾਲ ਚੰਗਲਾ ਦੇ ਇਹਨੂੰ ਰਹਿਣ ਦੇ। ਆ ਸਹੀ ਐ ਢਿੰਡੇ। ਆ ਹੁਣ ਵੀਰੇ ਇਹਦੀ ਜਗ੍ਹਾ ਨਾ ਤੂੰ ਪਿੰਨੋ ਨਾ ਇਹ ਆਪਣਾ ਐਂਡ ਕਰ ਤੂੰ ਮੈਨੂੰ ਪਾਲਕ ਦੇ ਦੇ। ਹਾਂ ਪਾਲਕ ਤੇ ਕਿਲੋ ਪਾਲਕ ਪਾ। ਬਲਕਿ 1.5 ਕਿਲੋ ਕਰ ਦੇ ਵੀਰੇ। ਜੀ। ਪਾਲਕ ਆਦਰ ਹੋਵੇ ਤੁਮ ਫਲ ਕਾਟ ਲਿਆ ਤਾਜ਼ੀ ਨਹੀਂ ਵੀਰੇ ਪਾਲਕ ਇਤਨਾ ਨਹੀਂ ਹੋਣੀ ਚਾਹੀਦੀ ਵੀ ਜਿਵੇਂ ਹੋਣੇ ਤੂੰ ਪਹਿਲੀਆਂ ਚ ਪੁੱਟ ਕੇ ਨੇ ਆਇਆ ਆ ਵੇਲਾ ਮਸਾਨ ਦਾ ਪਹਿਲੀਆਂ ਜੀ ਪੁੱਟ ਕੇ ਆ ਮੈਂ ਤੈਨੂੰ ਲੈ ਚਲਣਾ ਤੂੰ ਆਪਣੀ ਮਰਜ਼ੀ ਦੀ ਪੁੱਟਲਾ ਜਾ ਕੇ ਉਥੋਂ ਠੀਕ ਆ ਵਿੱਚ ਪੱਤੇ ਗਲੇ ਸੜੇ ਆ ਵੀਰੇ ਓਏ ਹੁਣ ਹੋਣੇ ਗਲੇ ਸੜੇ ਮੈਂ ਕਹਿੰਦਾ ਮੈਂ ਮਤ ਰਾ ਕੇ ਅੱਡੇ ਦੇ ਉੱਤੇ ਬਣਾਇਆ ਘਾਰੀ ਘਰੀ ਕੀਤੀ ਇਹਨੂੰ ਮੈਂ ਫੋਟੋਕਾਪੀਆ ਕਰਾਈਆਂ ਦੀਆਂ ਮੈਂ ਇਹ ਜ਼ਮੀਨਾਂ ਚ ਲੱਤ ਗਿਆ ਜੀ ਜਾਂਦਾ ਪਾਣੀ ਜਿੱਥੇ ਹੋਵੇ ਇਕੱਠੇ ਹੋਣ ਉਹਨਾਂ ਨੂੰ ਤਾ ਕੋਈ ਚੰਗੀ ਦਿਓਗੇ ਨਾ ਤੇ ਗਾਂ ਖੁਸ਼ ਹੋਣਗੇ ਅੰਗੇ ਤੋਂ ਵੀ ਤੁਹਾਡੇ ਦੁਕਾਨ ਤੇ ਆਣੇ ਮੈਂ ਇੱਕ ਇੱਕ ਪਤਾ ਤੈਨੂੰ ਵੱਖਰਾ ਵੱਖਰਾ ਕਰਕੇ ਤੋਲਦੇ ਆ ਭਾਈ ਚੰਗੀ ਐਂਜੀ ਹੁੰਦੀ ਵਿੱਚ ਮੰਡੀ ਚੰਗੀ ਨਿਕਲ ਆਂਦੀ ਹੈ ਅੱਛਾ ਇਹ ਜੇ ਚੋਣ ਕੇ ਤਾਂ ਐ ਤਾਂ ਬਣਾ ਕੇ ਤਾਂ ਮੈਂ ਮਤਲਬ ਫੇਰ ਕਿੰਨੇ ਦੇ ਮੈਂ ਮੈਂ ਤੇਰਾ ਮਤਲਬ ਮੁਖਲਾਸ ਆਫਾ ਤੇਰੀ ਮੈਂ ਕਿ ਤੈਨੂੰ ਮੈਂ ਚੁਣ ਕੇ ਦੇਣਾ ਜਾਂ ਤੈਨੂੰ ਬਣਾ ਕੇ ਦੇਣਾ ਨਾਨਾ ਮੈਂ ਤੇਰੀ ਜੇ ਆ ਆਪਣੇ ਘਰ ਕਪੜਾ ਕੰਮ ਕਰ ਮੇਰਾ ਕੰਮ ਵੇਚਣਾ ਵਾ ਲੈਣੀ ਹੈ ਕਿ ਨਹੀਂ ਜਿੱਤੇ ਤੂੰ ਉਂਝ ਦੇਣੀ ਹੈ ਤੂੰ ਮੈਨੂੰ ਬਣਾ ਕੇ ਦੇ ਦੇ ਖਾ ਘਰ ਜਾ ਕੇ ਵੀ ਤੈਨੂੰ ਖੇਚਣ ਕਰਨੀ ਹੈ ਨਾ ਪੱਤਾ ਪੱਤਾ ਆਪ ਕਰਕੇ ਬਣਾਣੀ ਮੇਰੇ ਅੱਗੇ ਮੇਰੀ ਤਬੀਅਤ ਸੈੱਟ ਨਹੀਂ ਰਹਿੰਦੀ ਤੇ ਨਹੀਂ ਰਹਿੰਦੀ ਤਾਂ ਘਰ ਫੋਰ ਮਰ ਗਈ ਆ ਬਾਕੀ ਬਾਕੀ ਉਹਦੇ ਉਹਨਾਂ ਨੂੰ ਕੱਢਣ ਨਾਨਾ ਨਹੀਂ ਹੈਗੀਆਂ ਤੇਰੀ ਸਾਰੇ ਤਿੰਨ ਖਲੋਕੀਆਂ ਵੀ ਤੇ ਤੇਰੀਆਂ ਨੱਤਾਂ ਦੁਖਦੀਆਂ ਹੀ ਆ ਹੱਥ ਦੁਖਦੀਆਂ ਲੋਕਾਂ ਨੂੰ ਸਬਜ਼ੀਆਂ ਦੇ ਦੇ ਇਥੇ ਨਹੀਂ ਦੁਖਦੇ ਇਥੇ 15 ਮਿੰਟ 20 ਮਿੰਟ ਇੱਕ ਨੂੰ ਕੁੱਛ ਬੈਠੀ ਨੂੰ ਬ ਉਹ ਚੱਲ ਜਾ ਮੈਂ ਨਹੀਂ ਇਧਰ ਉਹ ਗੱਲ ਹੀ ਕਰ ਉਹ ਚਲ ਨਿਕਲ ਤੂੰ ਸਬਜ਼ੀ ਲੈਣ ਨਹੀਂ ਆਈ ਤੂੰ ਕਰੋ ਆਹ ਪਾਲਕ 1.5 ਕਿਲੋ ਦੇ ਚੁੱਪ ਕਰਕੇ ਤੂੰ ਪੈਸੇ ਲੈਣੇ ਆ ਸਬਜ਼ੀ ਮੁਫਤ ਸਬਜ਼ੀ ਨਹੀਂ ਲੈ ਰਹੀ ਮੇਰੇ ਕੋਲ ਨਹੀਂ ਬੜਦੀ ਮੇਰੇ ਕੋਲ ਨਾ ਟਾਈਮ ਨਹੀਂ ਆ 1.5 ਕਿਲੋ ਸਬਜ਼ੀ ਆਪਣੇ ਕੋਲ ਰੱਖ ਮੈਂ ਦੂਜੀ ਚੱਕਰ ਤੇ ਜਾ ਕੇ ਲੈ ਲੈਂਦੀ ਐ ਐਟੀ ਵੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੇਦਾ ਵੀ ਨਹੀਂ ਸਬਜ਼ੀ ਚੱਲ ਨਹੀਂ ਕਰਦੇ ਤੇਰੀ ਮੈਨੂੰ ਤੂੰ ਵੀ ਇੱਕ ਨਾ ਗੱਲ ਕਰ ਪੈਣਾ ਆਪਾਂ ਦੇ ਨਾਮ